देख रहे हैं। थैंक यू सुन के की कहता कासद दौड़े आ झंग सियाल तो जी तुरत तख्त हजारे वल आया है ਝੰਗ ਸਿਆਲ ਤੋਂ ਜੀ ਤੁਰਤ ਤਖਤ ਹਜ਼ਾਰੇ ਵੱਲ ਆਇਆ ਏ ਤੇਰਾ ਪੁੱਛ ਕੇ ਧੀ ਤੋਂ ਤਾ ਜਾ ਵੜਿਆ ਉਹ ਸੱਚੀ ਜਾ ਵੜਿਆ ਉਹ ਤੇਰਾ ਪੁੱਛ ਕੇ ਧੀ ਤੋਂ ਤਾ ਜਾ ਵੜਿਆ ਹੱਥ ਰੋਏ ਕਿ ਹੱਥ ਫੜਾਇਆ ਏ ਜਦੋਂ ਧੀਦੋ ਰਾਂਝੇ ਨੂੰ ਕਹਿੰਦੇ ਨੇ ਉਹਦਾ ਡੇਰਾ ਪੁੱਛ ਕੇ ਉਹਦੇ ਘਰ ਦਾ ਟਿਕਾਣਾ ਪੁੱਛ ਕੇ ਉਹਨੂੰ ਰੋ ਕੇ ਖੱਤ ਹੱਥ ਚ ਫੜਾਇਆ ਅੱਗੇ ਉਹ ਰਾਂਝਾ ਕੀ ਪੁੱਛਦਾ ਰਾਂਝੇ ਪੁੱਛਿਆ ਖਬਰ ਕੀ ਲਿਆਇਆ ਏ ਰਾਂਝੇ ਪੁੱਛਿਆ ਖਬਰ ਕੀ ਲਿਆਇਆ ਏ ਮੂੰਹ ਕਾਸ ਨੂੰ ਬੁਰਾ ਬਣਾਇਆ ਏ ਕਾਸ ਉੱਠ ਕੇ ਮੁੱਖ ਤੋਂ ਆਹ ਮਾਰੀ ਆਹ ਮਾਰੀ ਓ ਰਾਂਝੇ ਆਹ ਮਾਰੀ ਓ ਕਾਸ ਉੱਠ ਕੇ ਮੁੱਖ ਤੋਂ ਆਹ ਮਾਰੀ ਅੱਗੋਂ ਇਹੋ ਜਵਾਬ ਸੁਣਾਇਆ ਏ ਜਵਾਬ ਹੀਰ ਮਰੀ ਨੂੰ ਅੱਠਵਾਂ ਪੈ ਹੋਇਆ ਹੀਰ ਮਰੀ ਨੂੰ ਅੱਠਵਾਂ ਪੈ ਹੋਇਆ ਮੈਨੂੰ ਸਿਆਲਾਂ ਨੇ ਅੱਜ ਭਿਜਵਾਇਆ ਏ ਹੀਰ ਜਾਨ ਬੇਹੱਕ ਤਸਲੀ ਹੋਈ ਉਹਨਾਂ ਦਫਨ ਕਰ ਖਤ ਲਿਖਵਾਇਆ ਏ ਇਸ ਤਾਲ ਨੂੰ ਦੀਪ ਚੰਨੀ ਕਹਿੰਦੇ ਆ ਤੁਹਾਨੂੰ ਥੋੜਾ ਜਿਹਾ ਸੰਗੀਤ ਸਿਖਾ ਦਈਏ ਕਿਉਂਕਿ ਮੈਂ ਪੀ ਐਚ ਡੀ ਮਿਊਜ਼ਿਕ ਚ ਕੀਤੀ ਹੈ ਸੰਗੀਤ ਯੂਨੀਵਰਸਿਟੀ ਪੜ੍ਹਾਉਂਦਾ ਰਿਹਾ ਕਿੱਦਾਂ ਤਾਲੀ ਮਾਰੀ ਹੀਰ ਮਰੀ ਨੂੰ ਅੱਠਵਾਂ ਪੈਰ ਹੋਇਆ ਮੈਨੂੰ ਸਿਆਲਾਂ ਨੇ ਅੱਜ ਭਿਜ ਗੁਸਲ ਕਫਨ ਕਰਕੇ ਕੱਲ ਹੀਰ ਤਾਈ ਉਹਨਾਂ ਕਬਰ ਚ ਜਾ ਦਫਨਾਇਆ ਏ ਗੁਲ ਮਹਿਰ ਬੈਠੀਏ ਉਹਦੀ ਫਾਤਿਆ ਤੇ ਫਾਤਿਆ ਤੇ ਓਏ ਰਾਂਝੇ ਫਾਤਿਆ ਤੇ ਗੁਲ ਮਹਿਰ ਬੈਠੀਏ ਉਹਦੀ ਫਾਤਿਆ ਤੇ ਮੈਨੂੰ ਇਧਰ ਨੂੰ ਤੁਰਤ ਦੌੜਾਇਆ ਏ ਰੱਬ ਦੀ ਟਲੇ ਨਾ ਕਦੀ ਹਰਗਿਜ਼
लिख आदमी तुरंत दौड़ाया ए तेरे माल नू ताड़ भी ओ प्याया ते जिस तो ना किसे ने छुड़ाया ए ਹੁਣ ਮਜ਼ੂਲ ਹੋਇਓ ਤਖਤ ਜ਼ਿੰਦਗੀ ਤੋਂ ਤੈਨੂੰ ਹੁਕਮ ਤਬਦੀਲ ਦਾ ਆਇਆ ਏ ਅਸੀਂ ਸਬਰ ਕੀਤਾ ਏ ਤੁਸੀਂ ਸਬਰ ਕਰਨਾ ਸਬਰ ਕਰਨਾ ਏ ਰਾਂਝੇ ਸਬਰ ਕਰਨਾ ਉਹਦੇ ਮਾਪੇ ਕਹਿੰਦੇ ਅਸੀਂ ਵੀ ਸਬਰ ਕੀਤਾ ਤੂੰ ਵੀ ਸਬਰ ਕਰਨਾ ਪਰ ਜਿੱਥੇ ਪਾਕ ਮੁਹੱਬਤ ਆ ਹੁਣ ਸਬਰ ਨਹੀਂ ਹੁੰਦਾ ਹਾਂ ਦੇ ਨਾਲ ਮੌਤ ਹੋ ਜਾਂਦੀ ਆ ਅਸੀਂ ਸਬਰ ਕੀਤਾ ਏ ਤੁਸੀਂ ਸਬਰ ਕਰਨਾ ਮੁੱਖੋਂ ਇਹਨਾਂ ਹੀ ਆਖ ਸੁਣਾਇਆ ਏ ਸੱਚ ਹੈ ਰੱਬ ਫਰਮਾਇਆ ਏ ਚਾਰ ਦਿਨ ਦੀ ਵਾਰਸਾ ਖੇਡ ਦੁਨੀਆ ਓਏ ਸੱਚੀ ਖੇਡ ਦੁਨੀਆ ਚਾਰ ਦਿਨ ਦੀ ਵਾਰਸਾ ਖੇਡ ਦੁਨੀਆ ਉੜਕ ਖਾਕ ਦਰ ਖਾਕ ਰਲਾਇਆ ਬੋਲੀ ਗੋਸਤੇ ਖੁਦ ਸਭ ਮੌਤ ਹੋਏ ਮੌਤ ਸੱਚ ਹੈ ਰੱਬ ਫਰਮਾਇਆ ਏ ਚਾਰ ਦਿਨ ਦੀ ਵਾਰਸਾ ਖੇਡ ਦੁਨੀਆ ਓੜਕ ਖਾਕ ਦਰ ਖਾਕ ਰਲਾਇਆ ਓੜਕ ਖਾਕ ਦਰ ਖਾਕ ਰਲਾਇਆ ਓੜਕ ਖਾਕ ਦਰ ਖਾਕ ਰਲਾਇਆ ਏ ਕਿਉਂਕਿ